ਵਿੱਚ ਪੁੱਜਿਆਂ, ਸਤਪਾਲ ਖਰਾਲ ਜੀ ਉਹ ਵੀ ਗਰਾਊਂਡ ਦੇ ਵਿੱਚ ਪੁੱਜਿਆਂ, ਉਹਨਾਂ ਨੂੰ ਜੱਗੀ ਪ੍ਰਧਾਨ ਜੀ ਯਾਦ ਕਰ ਰਹੇ ਨੇ। ਲਓ ਅਰਸ਼ਦੀਪ ਸਿੰਘ ਲੱਡੂ ਦਗਾ ਵੀ ਪੈਂਦੀ ਹੋਈ ਕਬੱਡੀ, ਲੈ ਵੀ ਕੋਟਲੇ ਵਾਲੇ ਸ਼ੀਰਿਆ ਲਾਜ ਆਪਾਂ ਜੱਗੀ ਚਹਿਲੋ। ਸਾਡੇ ਬਾਈ ਗੁਰਜੋਤ ਧੋਨੀ ਹੋਰੀ ਪੁੱਜੇ ਹੋਏ ਨੇ, ਨਿਰਭੈ ਹੋਰੀ ਪੁੱਜੇ ਹੋਏ ਨੇ। ਲਓ ਖੇਡ ਮੈਦਾਨ ਦੇ ਵਿੱਚ ਕੋਟਲੇ ਵਾਲਾ, ਆਹ ਵੇਖੋ ਖੇਡ ਮੈਦਾਨ ਦੇ ਵਿੱਚ ਖਿੱਚਾ ਤੂਹੀ ਜਾਰੀ ਹੈ, ਖਿੱਚਾ ਤੂਹੀ ਜਾਰੀ ਹੈ। ਛੱਡਦੇ ਛੋਟਾ ਵੀਰਾਂ ਕਰਨੀ ਰੀਸ ਸ਼ਰਾਬੀਆਂ ਦੀ, ਆਹ ਵੇਖ ਪੜਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ। ਪੰਜਾਬ ਦੀ ਟੀਮ ਦੇ ਲਈ ਇਸ ਸਮੇਂ ਨੰਬਰ ਜੁੜਦਾ ਹੋਇਆ ਨਾਗੂਰਾ ਵਰਸ ਦੇ ਸ਼ਾਜੂਗੜੀ, ਸ਼ਾਜੂਗੜੀ ਦੀ ਟੀਮ ਪੁੱਜੇ, ਨਾਗੂਰਾ ਦੀ ਟੀਮ ਹੈ ਜਿਹੜੀ ਉਹ ਪੁੱਜ ਗਈ ਹੈ, ਸ਼ਾਜੂਗੜੀ ਦੀ ਟੀਮ ਪੁੱਜੇ। ਲਓ ਆ ਦੇਖੋ ਨੌਜਵਾਨ ਦਾ ਕੱਦ ਦਸ਼ਕੀਰੇ, ਜਗਵਿੰਦਰ ਫੌਜੀ ਦਾਤੇ ਵਾਸ, ਲੈ ਸ਼ੀਰਿਆ ਜੇ ਜੱਫਾ ਲਾਏਗਾ 200 ਰੁਪਇਆ ਹੋਊਗਾ ਕੋਟੜੇ ਦੇ ਸ਼ੀਰਿਆ। ਆਹ ਲਾਤਾ ਕੋਟੜੇ ਦੇ ਸ਼ੀਰੇ ਨੇ 200 ਦਾ ਜੱਫਾ, ਆ ਲੈ ਮਿੱਤਰਾ 200 ਰੁਪਇਆ ਮੇਰੇ ਤੋਂ ਗੁਰਵਿੰਦਰ ਦਾਤੇ ਵਾਸੀਏ ਵਾਲਾ ਫੜ ਲੈ। ਟੀਮ ਹੈ ਜਿਹੜੀ ਸੂਝਾ ਗੜੀ ਦੀ, ਔਰ ਦੂਸਰੇ ਪਾਸੇ ਦੁਦਰੇ ਵਾਲੀ ਸਾਈਡ ਟੀਮ ਹੈ ਜਿਹੜੀ ਕਪਿਆਲ ਦੀ, ਸਾਜੀ ਗੜੀ ਦੇ ਕਪਿਆਲ ਦਾ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ। ਲੈ ਪਹਿਲੀ ਕਬੱਡੀ ਮੈਦਾਨ ਦੇ ਵਿੱਚ ਪੈ ਗਈ ਹੈ ਸਾਜੂਗੜੀ ਦੀ ਟੀਮ ਦਾ ਖਿਡਾਰੀ, ਪਹਿਲੀ ਕਬੱਡੀ ਇਸਨੇ ਪਾਉਂਦਾ ਹੋਇਆ ਲੱਖਾ ਢੰਡੋਰੀ ਵਾਲਾ ਇੱਕ ਪਾਸੇ, ਦੂਸਰੇ ਪਾਸੇ ਸ਼ੀਰਾ ਕੋਟੜੇ ਵਾਲਾ, ਨਾਲ ਕਹਿੰਦੇ ਕੁਲਦੀਪ ਤੇ ਰੋਹੀ ਕਪਿਆਲ ਵਾਲੇ ਨੇ ਸ਼ੀਰਾ ਕੋਟੜੇ ਵਾਲਾ। ਪਹਿਲੀ ਕਬੱਡੀ, ਪਹਿਲੀ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਡੱਕਰਨ ਦੀ, ਪਹਿਲੀ ਕਬੱਡੀ ਤੇ ਲੱਗਿਆ ਹੋਇਆ ਜਿਫਾ, ਪਹਿਲਾ ਪੁਆਇੰਟ ਕਹਿੰਦੇ ਪੰਜਾਬ ਦੇ ਹਿੱਸੇ ਹੈ, ਕਪਿਆਲ ਦੀ ਟੀਮ ਦੇ ਲਈ ਪਹਿਲਾ ਪੁਆਇੰਟ ਚੜਦਾ ਹੋਇਆ ਇਸਨੇ ਨੌਜਵਾਨ ਸ਼ੀਰਾ ਕੋਟੜੇ ਵਾਲਾ। ਲੈ ਜੀ ਅਮਰੀਕ ਵਿੱਕੀ ਕਬੱਡੀ ਪਾ ਰਿਹਾ ਇੰਗਲੈਂਡ ਦੇ